ਅਸਲਾਮ ਅਲੈਕੁਮ। ਆਪਣਾ ਥਰੋ ਮੰਡੀ ਪੇਜ ਤੋਂ ਮੈਂ ਆਵਾਂ ਵਾਹਤ ਭੱਟੀ, ਅਤੇ ਅੱਜ ਦਾ ਬਹੁਤ ਹੀ ਇੰਪੋਰਟੈਂਟ ਮੈਸੇਜ ਹੈ ਕਿ ਜਿਹੜੀ 1947 ਦੇ ਵਿੱਚ ਵੰਡ ਹੋਈ ਸੀ ਹਿੰਦੁਸਤਾਨ ਅਤੇ ਪਾਕਿਸਤਾਨ ਦੀ, ਅਤੇ ਕੁਛ ਫੈਮਲੀਆਂ ਇੰਡੀਆ ਚਲੀਆਂ ਗਈਆਂ ਹਨ ਪਾਕਿਸਤਾਨ 'ਚੋਂ, ਅਤੇ ਕੁਝ ਇੰਡੀਆ 'ਚੋਂ ਪਾਕਿਸਤਾਨ ਆ ਗਈਆਂ ਸਨ। ਮੇਰੇ ਗੱਲ ਕਰਨ ਦਾ ਮਤਲਬ ਇਹ ਵੀ ਕਿ ਥਰੋ ਮੰਡੀ ਦੇ ਵਿੱਚ ਕੋਈ 40 ਕੁ ਫੈਮਲੀਆਂ ਸਨ ਜਿਹੜੀਆਂ ਇੰਡੀਆ ਅਤੇ ਪੰਜਾਬ 'ਚ ਚਲੀਆਂ ਗਈਆਂ ਜਦੋਂ ਵੰਡ ਹੋਈ, ਅਤੇ ਪਰ ਕੁਛ ਫੈਮਲੀਆਂ ਉੱਥੇ ਜਿਹੜੀਆਂ 40 ਨੇ, ਉਹਨਾਂ ਨੇ ਅਜੇ ਤੱਕ ਥਰੋ ਮੰਡੀ ਨੂੰ ਯਾਦ ਰੱਖਿਆ। ਉੱਥੋਂ ਦਾ ਇੱਕ ਸਾਡਾ ਮਿੱਤਰ ਵੀਰ ਭਰਾ ਹਰਪ੍ਰੀਤ ਸਿੰਘ, ਉਹਨਾਂ ਨੇ ਕੋਈ 3-4 ਮਹੀਨੇ ਪਹਿਲਾਂ ਸਾਡੇ ਨਾਲ ਰਾਬਤਾ ਕਰਕੇ ਅਤੇ ਸਾਨੂੰ ਉਹਨਾਂ ਨੇ ਦੱਸਿਆ ਕਿ ਅਸੀਂ ਥਰੋ ਮੰਡੀ ਦੇ ਰਹਿਣ ਵਾਲੇ ਹਾਂ, ਅਤੇ ਅੱਜ ਵੀ ਅਸੀਂ ਥਰੋ ਮੰਡੀ ਨੂੰ ਓਨਾ ਪਿਆਰ ਕਰੀਦਾ ਕਿ ਜਿੰਨਾ ਅੱਜ ਅਸੀਂ ਇੰਡੀਆ ਅਤੇ ਪੰਜਾਬ 'ਚ ਰਹਿਣ ਵਾਲੇ ਆਪਣੇ ਪਿੰਡ ਨੂੰ ਕਰ ਰਹੇ ਹਾਂ। ਅਤੇ ਥਰੋ ਮੰਡੀ ਦੇ ਲੋਕਾਂ ਵਾਸਤੇ ਮੈਸੇਜ, ਜੇ ਹਰਪ੍ਰੀਤ ਸਿੰਘ ਨੂੰ ਕੋਈ ਜਾਣਦਾ ਜਾਂ ਉਹਦਾ ਕੋਈ ਚਾਹਨੇ ਵਾਲਾ ਹੋਏ ਤਾਂ ਮਿਹਰਬਾਨੀ ਕਰਕੇ ਆ ਸਾਡਾ ਆਪਣਾ ਥਰੋ ਮੰਡੀ ਪੇਜ ਹੈ, ਤੁਹਾਡਾ ਵੀ ਇਹ ਪੇਜ ਹੈ, ਤੁਸੀਂ ਇਹਦੇ ਇਨਬੋਕਸ ਦੇ ਵਿੱਚ ਕੋਈ ਮੈਸੇਜ ਜਾਂ ਕੋਈ ਵੀਡੀਓ ਪਾਉਣਾ ਚਾਹੋ ਤਾਂ ਮਿਹਰਬਾਨੀ ਕਰਕੇ ਤੁਸੀਂ ਪਾਉਣੀ ਹੈ। ਅਤੇ ਬਹੁਤ ਹੀ ਅੱਛੇ ਇਨਸਾਨ ਨੇ ਹਰਪ੍ਰੀਤ ਸਿੰਘ ਨੇ, ਦੁਆਵਾਂ ਦੇ ਨਾਲ ਯਾਦ ਕੀਤਾ ਆਪਣੇ ਪਿਆਰੇ ਥਰੋ ਮੰਡੀ ਨੂੰ। ਉਹਨਾਂ ਨੇ ਕਿਹਾ ਕਿ ਸਾਡੀ ਜਾਨ ਨੇ, ਜੂ ਹੀ ਕਿਧਰੇ ਸਾਨੂੰ ਮੌਕਾ ਮਿਲਿਆ ਅਤੇ ਅਸੀਂ ਆਪਣੇ ਪਿੰਡ ਦੇ ਵਿੱਚ ਆਉਣਾ, ਆਪਣੇ ਉਸ ਮਿੱਟੀ ਨੂੰ ਆ ਕੇ ਚੁੰਮਣਾ ਆਪਣੇ ਪਿੰਡ ਦੀ ਨੂੰ, ਅਤੇ ਸਦਾ ਵਸਦਾ ਰਹੇ ਪੰਜਾਬ, ਬਹਾਰਾਂ ਲੱਗੀਆਂ ਰਹਿਣ, ਸਾਡੀ ਆ ਦੁਆ ਹੈ। ਸਾਂਝ ਜਿਹੜੀ ਹੈ ਨਾ, ਉਹ ਚਲੋ ਜੋ ਇੱਕ ਵਕਤ ਸੀ ਉਹ ਹੋ ਗਿਆ, ਪਰ ਹੁਣ ਸਾਨੂੰ ਚਾਹੀਦਾ ਕਿ ਆਪਣਾ ਜਿਹੜਾ ਪੰਜਾਬੀ ਕਲਚਰ ਹੈ ਨਾ, ਭੈਣਾਂ ਭਰਾਵਾਂ ਨੂੰ ਯਾਦ ਕਰਨ ਵਾਲਾ, ਭੁੱਲਣਾ ਨਹੀਂ ਚਾਹੀਦਾ ਸਾਨੂੰ ਕਿਸੇ ਨੂੰ। ਅਤੇ ਉਹ ਤੋਂ ਬਾਅਦ ਇੱਕ ਦੋ ਹੋਰ ਫੈਮਿਲੀ ਹੈ, ਨਿਰਮਲ ਸਿੰਘ ਨੇ, ਉਹਨਾਂ ਨੇ ਰਾਬਤਾ ਕੀਤਾ, ਉਹਨਾਂ ਦੇ ਵਾਲਦ ਸਾਹਿਬ ਦਾ ਨਾਮ ਹੈ ਬੂਟਾ ਸਿੰਘ। ਫਿਰ ਤੁਹਾਨੂੰ ਦੱਸ ਰਿਹਾ, ਨਿਰਮਲ ਸਿੰਘ, ਉਹਨਾਂ ਦੇ ਵਾਲਦ ਸਾਹਿਬ ਦਾ ਨਾਮ ਹੈ ਬੂਟਾ ਸਿੰਘ। ਬੂਟਾ ਸਿੰਘ ਦੇ ਵਾਲਦ ਸਾਹਿਬ ਦਾ ਨਾਮ ਹੈ ਅਨੂਪ ਸਿੰਘ। ਅਨੂਪ ਸਿੰਘ ਜਿਹੜੇ ਨੇ ਨਾ, ਇਹ ਵਡੇਰੇ ਨੇ, ਉਹਨਾਂ ਦੇ ਸਮਝੋ ਕਿ 1947 ਦੇ ਵਿੱਚ ਵੰਡ ਹੋਣ ਤੋਂ ਪਹਿਲਾਂ ਥਰੋ ਮੰਡੀ ਦੇ ਰਹਿਣ ਵਾਲੇ ਨੇ, ਅਤੇ ਬੜੀ ਵੱਡੀ ਇਹਨਾਂ ਦੀ ਫੈਮਿਲੀ ਹੁੰਦੀ ਸੀ ਅਨੂਪ ਸਿੰਘ। ਆਹ ਜਿੰਨੇ ਵੀ ਬੰਦੇ ਆ ਪੇਜ ਨੂੰ ਵੇਖ ਰਹੇ ਨੇ ਆਪਣਾ ਥਰੋ ਮੰਡੀ ਦੇ ਵਿੱਚ, ਜਿੰਨੇ ਵੀ ਜੀ ਨੇ ਸਾਨੂੰ ਪਿਆਰ ਕਰਦੇ ਨੇ, ਸਪੋਰਟ ਕਰਦੇ ਨੇ, ਉਹਨਾਂ ਅੱਗੇ ਆ ਰਿਕੁਐਸਟ ਹੈ, ਅਨੂਪ ਸਿੰਘ ਨੂੰ ਕੋਈ ਵੀ ਵਡੇਰੇ ਬੁੱਢੇ ਬਾਬਿਆਂ ਨੂੰ ਤੁਸੀਂ ਪੁੱਛਿਓ, ਸ਼ਾਇਦ ਕੋਈ ਜਾਣਦਾ ਹੋਵੇ, ਜੇ ਕਿਸੇ ਨੂੰ ਸ਼ਾਇਦ ਕੋਈ ਜਾਣਕਾਰੀ ਮਿਲੇ ਤਾਂ ਮਿਹਰਬਾਨੀ ਕਰਕੇ ਸਾਡਾ ਆਪਣਾ ਥਰੋ ਮੰਡੀ ਪੇਜ ਦੇ ਇਨਬੋਕਸ ਦੇ ਵਿੱਚ ਤੁਸੀਂ ਵੀਡੀਓ ਸੈਂਡ ਕਰੋ, ਕੋਈ ਮੈਸੇਜ ਜਾਂ ਆਪਣਾ ਕੋਈ ਕੰਟਰੈਕਟ ਨੰਬਰ। ਅਤੇ ਸਾਡਾ ਕੰਮ ਹੈ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਨਾ ਆਪਣਾ ਥਰੋ ਮੰਡੀ ਵਾਸਤੇ ਲੈ ਕੇ ਆਈਏ। ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਬੰਦਿਆਂ ਨੂੰ ਹਸਾਈਏ, ਦੂਰ ਦੀਆਂ ਗੱਲਾਂ ਵੇਖਣ ਨਾਲ ਕਿੱਥੋਂ ਪੰਜਾਬ ਦੇ ਵਿੱਚੋਂ ਜੀਆਂ ਨੇ ਰਾਬਤਾ ਕੀਤਾ, ਸਿਰਫ ਇੱਕ ਛੋਟਾ ਜਿਹਾ ਨਾਂ ਪੜ੍ਹ ਕੇ ਆਪਣਾ ਥਰੋ ਮੰਡੀ, ਉਹਨਾਂ ਨੂੰ ਯਾਦ ਆ ਗਿਆ ਕਿ ਪਾਕਿਸਤਾਨ ਦੇ ਵਿੱਚ ਥਰੋ ਮੰਡੀ ਉਹ ਹੀ ਹੈ ਕਿ ਜਿੱਥੋਂ ਅਸੀਂ ਛੱਡ ਕੇ ਆਏ, ਅਤੇ ਉਹਦਾ ਰਾਬਤਾ ਕੀਤਾ ਹਰਪ੍ਰੀਤ ਸਿੰਘ ਨੇ ਕੀਤਾ, ਨਿਰਮਲ ਸਿੰਘ ਨੇ ਕੀਤਾ, ਅਤੇ ਅਸੀਂ ਉਹਨਾਂ ਨੂੰ ਦੱਸਿਆ ਕਿ ਵਾਕਈ ਭਾਅ ਜੀ ਅਸੀਂ ਥਰੋ ਮੰਡੀ ਤੋਂ ਪਹੁੰਚ ਜਾਂਦੇ ਨੇ, ਵੀਰ ਸਾਡਾ ਪਿੰਡ ਹੈ। ਅਤੇ ਬੜੀ ਮਿਹਰਬਾਨੀ ਗਾਇਜ, ਮਿਹਰਬਾਨੀ ਕਰਕੇ ਨੋਬ ਸਿੰਘ ਨੂੰ ਕੋਈ ਜਾਣਦਾ ਹੋਵੇ ਆਪਣੇ ਥਰੋ ਮੰਡੀ ਦੇ, ਥਰੋ 'ਚ ਜਾਂ ਮੰਡੀ 'ਚ ਕੋਈ ਵੀ ਵੱਡਾ ਵਡੇਰਾ, ਅਤੇ ਉਹਨਾਂ ਅੱਗੇ ਰਿਕੁਐਸਟ ਹੈ ਉਹਨਾਂ ਵਾਸਤੇ ਕੋਈ ਪਿਆਰਾ ਵੀਡੀਓ ਪੈਗਾਮ ਜਿਹੜਾ ਨਾ ਅਤੇ ਤੁਸਾਂ ਬਣਾਉਣਾ। ਅਤੇ ਬੜੀ ਮਿਹਰਬਾਨੀ, ਸਦਾ ਵਸਦੇ ਰਹੋ, ਸਾਡੀਆਂ ਦੁਆਵਾਂ ਨੇ। ਪੰਜਾਬ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਹਰ ਬੰਦਾ ਜ਼ਿੰਦਾਬਾਦ, ਜਿਹੜਾ ਜਿਹੜਾ ਵੀ ਸਾਨੂੰ ਪਿਆਰ ਕਰਦਾ। ਤਾਂ ਬੜੀ ਮਿਹਰਬਾਨੀ, ਕੋਸ਼ਿਸ਼ ਕਰਿਓ ਆ ਵੀਡੀਓ ਸ਼ੇਅਰ ਕਰਨ ਦੀ, ਤਾਂ ਕਿ ਅੱਗੇ ਇੰਡੀਆ ਵਾਲੇ ਸਾਡੇ ਵੀਰ ਨੇ ਉਹ ਵੀ ਸਾਨੂੰ ਵੇਖਣ। ਹਰਪ੍ਰੀਤ ਸਿੰਘ, ਅਸੀਂ ਤੁਹਾਡੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਨੋਬ ਸਿੰਘ ਜਿਹੜੇ ਵੱਡੇ ਵਡੇਰੇ ਨੇ, ਪੂਰੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਹਰਪ੍ਰੀਤ ਸਿੰਘ ਭਾਈ, ਉਹ ਤੋਂ ਬਾਅਦ ਨਿਰਮਲ ਸਿੰਘ ਵੀਰ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਇਹ ਵੀਡੀਓ ਤੁਸੀਂ ਜਿਹੜੀ ਵੇਖ ਕੇ ਨਾ, ਇਨਸ਼ਾਅੱਲਾ ਤਾਲਾ ਤੁਸੀਂ ਖੁਸ਼ ਹੋ ਗਏ, ਸਾਡੀਆਂ ਦੁਆਵਾਂ ਨੇ ਭਰਾਵਾਂ ਨੂੰ। ਅਤੇ ਬੜੀ ਮਿਹਰਬਾਨੀ, ਅੱਲਾ ਸਭ ਨੂੰ ਖੁਸ਼ ਰੱਖੇ। ਆਪਣਾ ਥਰੋ ਮੰਡੀ ਸਦਾ ਵਸਦਾ ਰਹੇ, ਸਾਡੀਆਂ ਦੁਆਵਾਂ ਨੇ। ਅਤੇ ਮਿਹਰਬਾਨੀ ਕਰਕੇ ਦੁਆਵਾਂ 'ਚ ਯਾਦ ਕਰਿਓ। ਓਕੇ, ਅੱਲਾ ਹਾਫਿਜ਼।